ਦੂ ਮੂਸੇ ਵਾਲੇ ਨੇ ਟੂਪੈਕ ਸ਼ਕੂਰ ਦੀ ਮੌਤ ਬਾਰੇ ਆਖਰੀ ਗੀਤ ਗਾਇਆ ਸੀ ਉਸ ਦੇ ਕਤਲ ਦੀ 26 ਸਾਲ ਬਾਅਦ ਜਾਂਚ ਮੁੜ ਸ਼ੁਰੂ ਕਰ ਦਿੱਤੀ ਗਈ ਹੈ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਨੇ ਗੀਤ ਦੀ ਲਾਸਟ ਰਾਈਡ ਵਿੱਚ ਟੂਪੈਕ ਦੀ ਮੌਤ ਦੀ ਕਹਾਣੀ ਦਰਸਾਈ ਹੈ ਸਿੱਧੂ ਨੇ ਗੀਤ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਟੂਪੈਕ ਦੀ ਕਾਰ ਦੀ ਤਸਵੀਰ ਪੋਸਟ ਕੀਤੀ ਸੀ ਨਵਾੜਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਰੈਪਰ ਟੂਪੈਕ ਸ਼ਕੂਰ ਦੇ ਕਤਲ ਦੇ ਅਣਸੁਲਝੇ ਮਾਮਲੇ ਵਿੱਚ ਇਸ ਹਫਤੇ ਇੱਕ ਸਰਚ ਵਾਰੰਟ ਕੱਢਿਆ ਹੈ ਜਾਂਚ ਕਰਤਾਵਾਂ ਨੇ ਲਾਸ ਬਗਾਸ ਦੇ ਹੈਂਡਰਸਨ ਨਾਮੀ ਕਸਬੇ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਹੈ ਇਹ ਕਸਬਾ ਲਾਸ ਬਗਾਸ ਦੀ ਉਸ ਸੜਕ ਤੋਂ 20 ਮੀਲ ਤੋਂ ਵੀ ਘੱਟ ਦੂਰੀ ਤੇ ਹੈ ਜਿੱਥੇ ਟੁਪੈਕ ਉੱਤੇ 1996 ਵਿੱਚ ਗੋਲੀਆਂ ਚਲਾਈਆਂ ਗਈਆਂ ਸਨ ਟੁਪੈਕ ਦੇ ਨਾਲ ਜਦੋਂ ਟੁਪੈਕ ਨੇ ਲਾਲ ਬੱਤੀ ਤੇ ਆਪਣੀ ਕਾਰ ਰੋਕੀ ਸੀ ਤਾਂ ਹਮਲਾਵਰਾਂ ਨੇ ਉਹਨਾਂ ਤੇ ਚਾਰ ਗੋਲੀਆਂ ਚਲਾਈਆਂ ਸਨ ਮੌਤ ਵੇਲੇ ਉਹਨਾਂ ਦੀ ਉਮਰ 25 ਸਾਲ ਸੀ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਟੂਪੈਕ ਦਾ ਸਟੇਜੀ ਨਾ ਟੂਪੈਕ ਪੈ ਗਿਆ ਸੀ ਉਹਨਾਂ ਨੇ ਆਪਣੀ ਪਹਿਲੀ ਐਲਬਮ ਦੇ ਨਾਲ ਨਾਲ ਚਰਚਿਤ ਗੀਤ ਕੈਲੀਫੋਰਨੀਆ ਲਵ ਆਲ ਆਈਜ਼ ਆਰ ਐਨ ਮੀ ਚੇਂਜਸ ਅਤੇ ਹਿੱਟ ਐਮ ਅਪ 1991 ਵਿੱਚ ਰਿਲੀਜ਼ ਕੀਤੇ ਸਨ ਟੂਪੈਕ ਦੇ ਗੀਤਾਂ ਦੀਆਂ 750 ਲੱਖ ਟੇਪਾਂ ਪੂਰੇ ਵਿਸ਼ਵ ਵਿੱਚ ਵਿਕੀਆਂ ਅਤੇ ਉਸ ਨੂੰ ਰੌਕ ਐਂਡ ਰੋਲ ਹਾਲ ਆਫ ਫੇਮ 2017 ਵਿੱਚ شمار ਕੀਤਾ ਗਿਆ ਟੂਪੈਕ ਨੂੰ ਆਪਣੀ ਪੀੜ੍ਹੀ ਦਾ ਸਭ ਤੋਂ ਪ੍ਰਭਾਵਸ਼ਾਲੀ ਰੈਪਰ ਮੰਨਿਆ ਜਾਂਦਾ ਹੈ ਇਸ ਮਾਮਲੇ ਵਿੱਚ ਲਾਸ ਵਗਾਸ মেট্রোপੋਲੀਟਨ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਇਹ ਇੱਕ ਅਜਾਇਆ ਮਾਮਲਾ ਹੈ ਜਿਹੜਾ ਹਾਲੇ ਤੱਕ ਨਹੀਂ ਸੁਲਝਿਆ ਅਤੇ ਆਸ ਹੈ ਕਿ ਇੱਕ ਦਿਨ ਅਸੀਂ ਇਸ ਨੂੰ ਸੁਲਝਾ ਸਕਾਂਗੇ ਸਿੱਧੂ ਮੂਸੇਵਾਲੇ ਨੇ ਜਸਟੂ ਪੈਕ ਸ਼ਕੂਰ ਦੀ ਮੌਤ ਬਾਰੇ ਆਖਰੀ ਗੀਤ ਗਾਇਆ ਸੀ ਉਸ ਦੇ ਕਤਲ ਦੀ 26 ਸਾਲ ਬਾਅਦ ਜਾਂਚ ਮੁੜ ਸ਼ੁਰੂ ਕਰ ਦਿੱਤੀ ਗਈ ਹੈ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਗੀਤ ਦੀ ਲਾਸਟ ਰਾਈਡ ਵਿੱਚ ਟੂਪੈਕ ਦੀ ਮੌਤ ਦੀ ਕਹਾਣੀ ਦਰਸਾਈ ਹੈ ਸਿੱਧੂ ਨੇ ਗੀਤ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਟੂਪੈਕ ਦੀ ਕਾਰ ਦੀ ਤਸਵੀਰ ਪੋਸਟ ਕੀਤੀ ਸੀ ਨਵਾਡਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਰੈਪਰ ਟੂਪੈਕ ਸ਼ਕੂਰ ਦੇ ਕਤਲ ਦੇ ਅਣਸੁਲਝੇ ਮਾਮਲੇ ਵਿੱਚ ਇਸ ਹਫਤੇ ਇੱਕ ਸਰਚ ਵਾਰੰਟ ਕੱਢਿਆ ਹੈ ਜਾਂਚ ਕਰਤਾਵਾਂ ਨੇ ਲਾਸ ਬਗਾਸ ਦੇ ਹੈਂਡਰਸਨ ਨਾਮੀ ਕਸਬੇ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਹੈ ਇਹ ਕਸਬਾ ਲਾਸ ਬਗਾਸ ਦੀ ਉਸ ਸੜਕ ਤੋਂ 20 ਮੀਲ ਤੋਂ ਵੀ ਘੱਟ ਦੂਰੀ ਤੇ ਹੈ ਜਿੱਥੇ ਟੂਪੈਕ ਉੱਤੇ 1996 ਵਿੱਚ ਗੋਲੀਆਂ ਚਲਾਈਆਂ ਗਈਆਂ ਸਨ ਟੂਪੈਕ ਦੇ ਨਾਲ ਦੁਪੈਕ ਨੇ ਲਾਲ ਬੱਤੀ ਤੇ ਆਪਣੀ ਕਾਰ ਰੋਕੀ ਸੀ ਤਾਂ ਹਮਲਾਵਰਾਂ ਨੇ ਉਹਨਾਂ ਤੇ ਚਾਰ ਗੋਲੀਆਂ ਚਲਾਈਆਂ ਸਨ ਮੌਤ ਵੇਲੇ ਉਹਨਾਂ ਦੀ ਉਮਰ 25 ਸਾਲ ਸੀ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਦੁਪੈਕ ਦਾ ਸਟੇਜੀ ਨਾਮ ਟੂ ਪੈਕ ਪੈ ਗਿਆ ਸੀ ਉਹਨਾਂ ਨੇ ਆਪਣੀ ਪਹਿਲੀ ਐਲਬਮ ਦੇ ਨਾਲ-ਨਾਲ ਚਰਚਿਤ ਗੀਤ ਕੈਲੀਫੋਰਨੀਆ ਲਵ ਆਲ ਆਈਜ਼ ਆਰ ਐਨ ਮੀ ਚੇਂਜਸ ਅਤੇ ਹਿੱਟ ਐਮ ਅਪ 1991 ਵਿੱਚ ਰਿਲੀਜ਼ ਕੀਤੇ ਸਨ ਉਪੈਕ ਦੇ ਗੀਤਾਂ ਦੀਆਂ 750 ਲੱਖ ਟੇਪਾਂ ਪੂਰੇ ਵਿਸ਼ਵ ਵਿੱਚ ਵਿਕੀਆਂ ਅਤੇ ਉਸ ਨੂੰ ਰੌਕ ਐਂਡ ਰੋਲ ਹਾਲ ਆਫ ਫੇਮ 2017 ਚ شمار ਕੀਤਾ ਗਿਆ। ਟੁਪੈਕ ਨੂੰ ਆਪਣੀ ਪੀੜ੍ਹੀ ਦਾ ਸਭ ਤੋਂ ਪ੍ਰਭਾਵਸ਼ਾਲੀ ਰੈਪਰ ਮੰਨਿਆ ਜਾਂਦਾ ਹੈ। ਇਸ ਮਾਮਲੇ ਵਿੱਚ ਲਾਸ ਵਗਾਸ মেট্রোপੋਲੀਟਨ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਇਹ ਇੱਕ ਅਜਾਇਆ ਮਾਮਲਾ ਹੈ ਜਿਹੜਾ ਹਾਲੇ ਤੱਕ ਨਹੀਂ ਸੁਲਝਿਆ ਅਤੇ ਆਸ ਹੈ ਕਿ ਇੱਕ ਦਿਨ ਅਸੀਂ ਇਸ ਨੂੰ ਸੁਲਝਾ ਸਕਾਂਗੇ।